ਗੁਰਪ੍ਰੀਤ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਇਸ ਜਾਣਕਾਰੀ ਦਿੱਤੀ, ਪਰ ਮੈਂ ਨਿੱਕੀ ਜੀ ਗੱਲ ਇਹਦੇ ਵਿੱਚ ਇੱਕ ਹੋਰ ਦੱਸਣੀ ਚਾਹੁੰਦਾ ਜਾਂ ਤੁਹਾਨੂੰ ਤੋਂ ਪੁੱਛਣੀ ਚਾਹੁੰਦਾ ਵੀ ਕਿੰਨੀ ਕੁ ਰੀਸੈਂਟ ਮੈਰਿਜ ਹੋਣੀ ਚਾਹੀਦੀ ਹੈ? ਜਿਵੇਂ ਆਪਾਂ ਵੇਖੀਏ ਵੀ ਕਈ ਆਪਣੇ ਅੱਜ ਕੱਲ੍ਹ ਇਹ ਧੰਦਾ ਬਣ ਚੁੱਕਿਆ, ਵਿਆਹ ਦਾ ਧੰਦਾ ਬਣ ਚੁੱਕਿਆ, ਬਾਹਰ ਜਾਣਾ ਵੀ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ ਮੁੱਖ ਰੱਖ ਕੇ ਬਾਹਰ ਜਾਇਆ ਜਾਂਦਾ। ਕਾਫੀ ਪ੍ਰੋਬਲਮਸ ਆ ਰਹੀਆਂ ਨੇ, ਪਿੱਛੇ ਜੇ ਅਸੀਂ ਕੇਸ ਵੀ ਦੇਖੇ ਨੇ ਵੀ ਬੱਚਿਆਂ ਨੇ ਸੁਸਾਈਡ ਬਹੁਤ ਕਰ ਲਏ, ਠੀਕ ਹੈ। ਕਿੰਨਾ ਕੁ ਰੀਸੈਂਟ ਵਿਆਹ ਹੋਣਾ ਚਾਹੀਦਾ ਤੇ ਇਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਕਿਉਂ ਆ ਰਹੀਆਂ ਤੇ ਕੀ ਇਹਨਾਂ ਦੇ ਹੱਲ ਹੋ ਸਕਦੇ ਆ ਕਿ ਨਹੀਂ ਹੋ ਸਕਦੇ, ਕੀ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਦੇਖੋ, ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਪ੍ਰੋਬਲਮ ਜਿਹੜੀਆਂ ਆ ਰਹੀਆਂ ਇਹਦੇ ਬਾਰੇ ਮੈਂ ਗੱਲ ਕਰੂੰਗਾ। ਮੈਨੂੰ ਵੀ ਇਹ ਕੰਮ ਕਰਦੇ ਨੂੰ ਕਾਫੀ ਟਾਈਮ ਹੋ ਗਿਆ ਤੇ ਜੇ ਮੈਂ ਆਪਣੀ ਕੰਪਨੀ ਦੀ ਗੱਲ ਕਰਾਂ ਤੇ ਮੇਰੇ ਧਿਆਨ ਦੇ ਵਿੱਚ 50 ਤੋਂ ਪਲੱਸ ਕੇਸ ਇੱਦਾਂ ਦੇ ਆ ਜਿਨ੍ਹਾਂ ਦੇ ਸਟੱਡੀ ਵੀਜ਼ੇ ਵੀ ਪਹਿਲਾਂ ਅਸੀਂ ਲਵਾਏ, ਸਪਾਊਸ ਓਪਨ ਵਰਕ ਪਰਮਿਟ ਵੀ ਲਵਾਏ ਤੇ ਉੱਥੇ ਜਾ ਕੇ ਉਹਨਾਂ ਦਾ ਡਿਸਪਿਊਟ ਹੋ ਗਿਆ, ਅਲੱਗ ਰਹਿ ਗਏ ਜਾਂ ਡਿਵੋਰਸ ਹੋ ਗਿਆ, ਤੇ ਇਹ ਬੜੀ ਆਮ ਜੀ ਗੱਲ ਹੋ ਰਹੀ ਹੈ। ਪਹਿਲਾਂ ਉੱਥੋਂ ਦੇ ਕਲਚਰ ਦੇ ਵਿੱਚ ਡਿਵੋਰਸ ਬਹੁਤ ਆਮ ਗੱਲ ਆ, ਹੁਣ ਆਪਣੇ ਬੱਚਿਆਂ ਦੀ ਵੀ ਜਿਹੜੀ ਇਹ ਉੱਥੇ ਜਾ ਕੇ ਜਿਹੜਾ ਅਲੱਗ ਹੋਣਾ ਜਾਂ ਡਾਇਵੋਰਸ ਲੈਣ ਦਾ ਜਿਹੜਾ ਮੁੱਦਾ ਬਹੁਤ ਆਮ ਹੋ ਚੁੱਕਿਆ ਜੀ। ਤੇ ਕਿਤੇ ਨਾ ਕਿਤੇ ਕਮਲ ਜੀ, ਜਿਹੜੀ ਮੈਂ ਚੀਜ਼ ਆਪਾਂ ਅਬਜ਼ਰਵ ਕੀਤੀ ਆਪਣੀ ਸੋਸਾਇਟੀ ਦੇ ਵਿੱਚ, ਆਪਾਂ ਇੱਥੇ ਇੰਡੀਆ 'ਚ ਰਹਿੰਦੇ ਹਾਂ, ਪੰਜਾਬ 'ਚ ਰਹਿੰਦੇ ਹਾਂ, ਤਾਂ ਇਸ ਦੇ ਲਈ ਜਿਹੜਾ ਹਮੇਸ਼ਾ ਟਾਰਗੇਟ ਕੁੜੀਆਂ ਨੂੰ ਬਣਾਇਆ ਜਾਂਦਾ। ਹਾਂਜੀ, ਮੈਂ ਮੰਨਦਾ ਵੀ ਕੁੜੀਆਂ ਦਾ ਵੀ ਕਸੂਰ ਹੋ ਸਕਦਾ, ਹੋਊਗਾ ਵੀ, ਜਦੋਂ ਕੋਈ ਗੱਲ ਨਿਕਲ ਕੇ ਆਉਂਦੀ ਹੈ ਕੋਈ ਨਾ ਕੋਈ ਰੀਜ਼ਨ ਉਸਦੇ ਪਿੱਛੇ ਹੁੰਦਾ, ਬਟ ਇਕੱਲੀਆਂ ਕੁੜੀਆਂ ਦਾ ਹੀ ਕਸੂਰ ਨਹੀਂ, ਨਾਲ ਮੁੰਡਿਆਂ ਦਾ ਵੀ ਕਸੂਰ ਆ, ਮੁੰਡੇ ਵਾਲਿਆਂ ਦਾ ਵੀ ਕਸੂਰ ਆ, ਕੁੜੀਆਂ ਦੀ ਫੈਮਿਲੀ ਦਾ ਵੀ ਕਸੂਰ ਆ, ਸਾਰੇ ਜਣਿਆਂ ਦਾ ਕਸੂਰ ਆ, ਬਟ ਟਾਰਗੇਟ ਉਹ ਇੱਕ ਕੁੜੀ ਨੂੰ ਕੀਤਾ ਜਾਂਦਾ। ਅਕਸਰ ਆਪਾਂ ਇਹੀ ਦੇਖਦੇ ਹਾਂ ਜੀ ਵੀ ਆਪਾਂ ਕਦੇ ਵੀ ਹੁਣ ਜੇ ਕਿਤੇ ਗੱਲ ਬੈਠੇ ਕਰਦੇ ਹੋਈਏ ਜਾਂ ਕਦੇ ਕਿਸੇ ਕੋਲੇ ਬੈਠੀਏ, ਉਹ ਕਹਿੰਦੇ ਜੀ ਸਾਡੀ ਨੂੰਹ ਨੂੰ ਭੇਜਿਆ ਸੀ ਉੱਥੇ ਜਾ ਕੇ ਮੁੱਕਰ ਗਈ, ਸਾਡੀ ਨੂੰਹ ਨੇ ਸਾਡੇ ਨਾਲ ਐਂ ਕਰਤਾ, ਸਾਡੀ ਨੂੰਹ ਨੇ ਆਹ ਨੀ ਭੇਜਿਆ ਸਾਨੂੰ, ਕਾਵੇ ਮੁੰਡਾ ਨੀ ਬੁਲਾਇਆ, ਇਹ ਕੱਲਾ ਉਹਨਾਂ ਨੂੰ ਹੀ ਟਾਰਗੇਟ ਕਰਦਾ। ਮੈਂ ਹਮੇਸ਼ਾ ਹੀ ਇਹ ਚੀਜ਼ ਕਹਿਣਾ ਵੀ ਚਲੋ ਆਪਾਂ ਕਹਿੰਦੇ ਹੁੰਦੇ ਪੰਜਾਬੀ 'ਚ ਕਹਿੰਦੇ ਵੀ ਤਾੜੀ ਦੋਨੇ ਹੱਥਾਂ ਨਾਲ ਵੱਜੀ, ਸੋ ਹਮੇਸ਼ਾ ਇਕੱਲੀਆਂ ਕੁੜੀਆਂ ਨੂੰ ਟਾਰਗੇਟ ਨਾ ਕਰੋ, ਕਸੂਰ ਜਿਹੜਾ ਹੈਗਾ ਆਪਣੇ ਲੋਕਾਂ ਨੂੰ ਸਮਝਣਾ ਪਊ ਐਕਚੁਅਲ ਇਹਦੇ ਪਿੱਛੇ ਮੁੱਦਾ ਕੀ ਹੁੰਦਾ। ਜਿਹੜੀ ਮੈਂ ਅਬਜ਼ਰਵ ਕੀਤੀ ਹੈ ਜਦੋਂ ਅਸੀਂ ਕੰਮ ਕਰਦੇ ਹਾਂ, 2 ਤੋਂ 3 ਰੀਜ਼ਨ ਇਸ ਦੇ ਪਿੱਛੇ ਆ, ਤੇ ਸਭ ਤੋਂ ਪਹਿਲਾ ਰੀਜ਼ਨ ਜਿਹੜਾ ਹੈਗਾ ਉਹ ਹੈਗਾ ਛੋਟੀ ਉਮਰ ਦੇ ਵਿੱਚ ਵਿਆਹ, ਨਿੱਕੀ ਉਮਰ। ਹੁਣ ਕਿਸੇ ਦਾ ਕੋਈ ਮੁੰਡਾ ਉਹ ਨਾ ਤਾਂ ਜੀ ਬੈਂਡ ਲੈ ਸਕਦਾ ਤੇ ਪੜ੍ਹਿਆ ਲਿਖਿਆ ਵੀ ਹੈ ਨਹੀਂ ਜੀ, ਪੜ੍ਹਨ ਵੇਲੇ ਤਾਂ ਆਪਦੇ ਉਹ ਮੁੰਡੇ ਨੇ ਚਲੋ ਉਦੋਂ ਹੋਰ ਕਿਤੇ ਕੰਮਾਂ 'ਚ ਪੈ ਗਿਆ, ਪੜ੍ਹਾਈ ਪ੍ਰੋਪਰ ਨਹੀਂ ਕੀਤੀ, ਕਈਆਂ ਨੇ ਕੀਤੀ ਆ, ਪਰਸੈਂਟੇਜ ਪੂਰੀ ਨਹੀਂ ਆ, ਸੋ ਮੁੰਡੇ ਦੀ ਜਿੱਦ ਆ ਜੀ ਮੈਂ ਕੈਨੇਡਾ ਜਾਣਾ, ਤੇ ਪਰਿਵਾਰ ਵਾਲਿਆਂ ਕੋਲ ਕੀ ਰਸਤਾ ਵੀ ਚਲੋ ਕੋਈ ਰਿਸ਼ਤਾ ਦੇਖ ਲੈਂਦੇ ਆ, ਕੋਈ ਪਰਿਵਾਰ ਦੇਖ ਲੈਣਾ, ਵਿਆਹ ਕਰਕੇ ਤੋਰ ਦਿੰਦੇ ਭਾਈ ਅੱਜ ਕੱਲ੍ਹ ਜਾਈ ਜਾਂਦੀ। ਹੁਣ ਉਹ ਕੀ ਪਰਿਵਾਰ ਦੇਖਦੇ, ਇੱਕ ਕੁੜੀ ਨੇ +2 ਕੀਤੀ ਆ, 17 ਤੋਂ 18 ਸਾਲ ਦੀ ਉਮਰ ਦੇ ਵਿੱਚ ਅੱਜ ਕੱਲ੍ਹ ਬੱਚੇ 12th ਕਰ ਲੈਂਦੇ ਜੀ, ਤੇ ਕੁੜੀ ਦੇ ਘਰ ਨੇ, ਕੁੜੀ ਨੇ ਬੈਂਡ ਲੈ ਲਏ 6.57 ਉਹਦੇ ਬੈਂਡ ਆ ਗਏ, ਤੇ ਕੁੜੀ ਦੇ ਘਰਦਿਆਂ ਨੂੰ ਵੀ ਹੈ ਵੀ ਬੱਚਾ ਬਾਹਰ ਤੋਰ ਗਏ, ਬਟ ਉਹਨਾਂ ਕੋਲ ਪੈਸੇ ਦਾ ਬੰਦੋਬਸਤ ਨਹੀਂ ਹੈਗਾ, ਦੈਨ ਉਹ ਇੱਕ ਤਰੀਕੇ ਦਾ ਫਿਰ ਮੁੰਡਾ ਲੱਭਦੇ ਵੀ ਚਲੋ ਵਿਆਹ ਕਰ ਦਿੰਦੇ। ਹੁਣ 17-18 ਸਾਲ ਦੀ ਕੁੜੀ ਦਾ ਵਿਆਹ ਕੀਤਾ ਜਾਂਦਾ, ਵੈਸੇ ਚਲੋ ਲੀਗਲ ਏਜ ਵੀ 18 ਸਾਲ ਦੀ, ਤੇ ਬਹੁਤ ਸਾਰੇ ਲੋਕ ਮੈਂ ਇੱਦਾਂ ਦੇ ਦੇਖੇ ਆ ਵੀ ਉਹ ਵਿਆਹ ਕਰਾ ਦਿੰਦੇ ਬਟ ਰਜਿਸਟਰ ਨਹੀਂ ਕਰਾਉਂਦੇ, ਤੇ ਕਹਿੰਦੇ ਆ ਜੀ ਅਸੀਂ ਇੱਕ ਵਾਰੀ ਵਿਆਹ ਕਰਤਾ ਹਜੇ ਕੁੜੀ ਦੀ ਉਮਰ ਘੱਟ ਹੈ, ਇੱਕ ਵਾਰੀ ਭੇਜ ਦਿੰਦੇ ਫਿਰ 6 ਮਹੀਨਿਆਂ ਨੂੰ ਬੁਲਾ ਲਾਂਗੇ ਜਦੋਂ ਉਮਰ ਪੂਰੀ ਹੋ ਗਈ ਜੀ। ਹੁਣ ਉਮਰ ਤਾਂ 18 ਸਾਲ 'ਚ ਪੂਰੀ ਹੋਜੂ, ਬਟ ਕੀ ਉਨੀ ਸਿਆਣਪ ਉਸ ਬੱਚੇ ਦੇ ਵਿੱਚ ਆਜੂ? ਹੁਣ 17-18 ਸਾਲ ਦੇ ਬੱਚੇ ਦਾ ਤੁਸੀਂ ਵਿਆਹ ਕਰਤਾ, ਵਿਆਹ ਕਰਕੇ ਹਾਲੇ ਉਸਦੀ ਉਮਰ ਉਨੀ ਨਹੀਂ ਸੀ, ਉਹਨਾਂ ਐਕਸਪੀਰੀਅੰਸ ਨਹੀਂ ਸੀ, ਤੇ ਉਸਨੂੰ ਸਹੁਰਿਆਂ ਦੇ ਘਰੇ ਤੋਰ ਦਿੱਤਾ। ਹੁਣ ਪਹਿਲਾਂ ਫੈਮਿਲੀ ਦਾ ਪ੍ਰੈਸ਼ਰ, ਕਿਉਂਕਿ ਫੈਮਿਲੀ ਗਰੀਬ ਹੈ, ਪੈਸੇ ਹੈ ਨਹੀਂ, ਕਿਤੇ ਨਾ ਕਿਤੇ ਉਸ ਬੱਚੇ ਤੇ ਆਪਣੀ ਫੈਮਿਲੀ ਦਾ ਪ੍ਰੈਸ਼ਰ ਵੀ ਹੁੰਦਾ ਵੀ ਕੋਈ ਬੱਚਾ ਬੋਲ ਕੇ ਨਹੀਂ ਦੱਸਦਾ ਵੀ ਮੇਰੇ ਮਾਂ ਪਿਓ ਗਰੀਬ ਆ, ਉਹਨਾਂ ਕੋਲ ਪੈਸੇ ਨਹੀਂ ਹੈਗੇ, ਤਾਂ ਮੇਰੇ ਮਾਂ ਪਿਓ ਨੇ ਇਹ ਸਟੈਪ ਚੱਕਿਆ, ਤੇ ਬੱਚਾ ਐਗਰੀ ਵੀ ਕਰ ਦਿੰਦਾ ਵੀ ਉਹਨੇ ਆਪਦਾ ਫਿਊਚਰ ਬਣਾਉਣਾ। ਸੋ ਉਸ ਤੋਂ ਬਾਅਦ ਉਹ ਬੱਚਾ ਜਿਹੜਾ ਹੈਗਾ ਮੋਸਟਲੀ ਵਿਆਹ ਆਪਣੇ ਲੋਕ ਆਫਟਰ ਵੀਜ਼ਾ ਕਰਦੇ ਆ, ਤੇ 10-20 ਦਿਨ ਬੱਚਾ ਇੱਥੇ ਰਹਿੰਦਾ, 20 ਦਿਨ ਮਹੀਨੇ ਬਾਅਦ ਉਸਦੀ ਟਿਕਟ ਕਰਾ ਕੇ ਉਹਨੂੰ ਕੈਨੇਡਾ ਭੇਜ ਦਿੱਤਾ ਜਾਂਦਾ, ਠੀਕ ਹੈ। ਹੁਣ 20 ਦਿਨਾਂ 'ਚ ਕੀ ਕਿਸੇ ਬੱਚੇ ਦਾ ਸਹੁਰੇ ਪਰਿਵਾਰ ਦੇ ਨਾਲ ਮੋਹ ਪੈ ਜੂਗਾ? ਨਹੀਂ ਪੈਂਦਾ। 20-25 ਦਿਨਾਂ 'ਚ ਕੀ ਤੁਸੀਂ ਉਸ ਬੱਚੇ ਬਾਰੇ ਜਾਣ ਲਓਗੇ, ਕੀ ਉਹ ਬੱਚਾ ਤੁਹਾਡੇ ਬਾਰੇ ਜਾਣ ਲੂਗਾ, ਕੀ ਹਸਬੈਂਡ ਵਾਈਫ ਇੱਕ ਦੂਜੇ ਨੂੰ ਜਾਣ ਲੈਣਗੇ, ਤੇ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹਸਬੈਂਡ ਵਾਈਫ ਦਾ, ਤੇ ਕੀ ਉਹ 20 ਦਿਨਾਂ ਦੇ ਵਿੱਚ ਇੱਕ ਦੂਜੇ ਨੂੰ ਜਾਣ ਲੈਣਗੇ? ਹੁਣ ਚਲੋ ਵਿਆਹ ਵੀ ਹੋ ਗਿਆ, 20-25 ਦਿਨ ਸਹੁਰੇ ਘਰ ਰਹਿ ਵੀ ਗਈ ਕੁੜੀ, ਤੇ ਉਸ ਤੋਂ ਬਾਅਦ ਚਲੀ ਜਾਂਦੀ ਹੈ ਕੈਨੇਡਾ। ਹੁਣ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਇਹ ਲੱਗਦਾ ਵੀ ਕੁੜੀ ਕੈਨੇਡਾ ਗਈ ਤੇ ਜਾ ਕੇ ਬਸ ਬੈਰੀ ਦੇ ਉੱਪਰ ਉੱਥੇ ਡਾਲਰ ਲੱਗੇ ਪਏ ਤੇ ਤੋੜ ਕੇ ਸਾਨੂੰ ਭੇਜਣ ਲੱਗ ਜੂ, ਤੇ ਕਿਤੇ ਨਾ ਕਿਤੇ ਮੁੰਡਿਆਂ ਨੂੰ ਵੀ ਹੁੰਦਾ ਸੀ 20-25 ਲੱਖ ਰੁਪਇਆ ਲਾਇਆ ਵੀ ਭਾਈ ਕੁੜੀ ਕੋਈ ਨਾ ਕੋਈ ਹੈਲਪ ਕਰੂ, ਉਹਨੂੰ ਕਿਹਾ ਵੀ ਜਾਂਦਾ ਭਾਈ ਤੂੰ GIC ਬਚਾ ਲਈ, GIC ਇੱਧਰ ਭੇਜ ਦੀ, ਜਾ ਕੇ ਭਾਈ ਕੋਈ ਕੰਮ ਕਰ ਲਈ, ਤੇ ਕੁੜੀ ਦੇ ਪਰਿਵਾਰ ਵਾਲੇ ਵੀ ਕਿਉਂਕਿ ਗਰੀਬ ਹੁੰਦੇ ਆ ਉਹ ਵੀ ਥੋੜਾ ਬਹੁਤ ਵੀ ਪੁੱਤ ਭਾਵੇਂ ਅਸੀਂ ਤੇਰਾ ਵਿਆਹ ਕੀਤਾ ਪਰ ਇੰਨੇ ਤਾਂ ਸਾਡੇ ਵੀ ਲੱਗ ਗਏ, ਪਿੱਛੋਂ ਪ੍ਰੈਸ਼ਰ ਵੀ ਰਹਿੰਦਾ, ਪ੍ਰੈਸ਼ਰਾਈਜ਼ ਬੱਚੇ ਨੂੰ ਮੋਸਟਲੀ ਇਹ ਚੀਜ਼ਾਂ ਕੋਈ ਬੋਲ ਕੇ ਨਾ ਦੱਸੇ,
ਅਬਜ਼ਰਵ ਅਸੀਂ ਕਰਦੇ ਹਾਂ ਜਦੋਂ ਦੇਖਿਆ ਜਾਂਦਾ ਗੱਲਾਂ ਕਰਦੇ ਸੁਣਦੇ ਆ ਚੀਜ਼ ਹੁੰਦੀ ਹੈ। ਹੁਣ ਬੱਚਾ ਇੰਨਾ ਪ੍ਰੈਸ਼ਰ ਲੈ ਕੇ ਕੈਨੇਡਾ ਚਲਾ ਗਿਆ, ਕੈਨੇਡਾ ਦੇ ਜਿਹੜੇ ਪਹਿਲੇ 2 ਤੋਂ 3 ਮਹੀਨੇ ਆ ਨਾ ਉਹ ਬੜੇ ਸਟਰਗਲ ਵਾਲੇ ਆ ਜੀ। ਮੋਸਟਲੀ 30-32 ਸਾਲ ਦੇ ਜਵਾਕ ਮੈਂ ਰੋਂਦੇ ਦੇਖੇ ਆ, ਕਿਉਂਕਿ ਇੱਥੋਂ ਦੇ ਜਿਹੜੇ ਜਵਾਕ ਜਾਂਦੇ ਉਹ ਐਕਸਪੈਕਟ ਹੋਰ ਕੁਛ ਕਰਕੇ ਜਾਂਦੇ, ਉਹ ਕੈਨੇਡਾ ਦੀ ਲਗਜ਼ਰੀ ਲਾਈਫ ਐਕਸਪੈਕਟ ਕਰਕੇ ਜਾਂਦੇ ਆ, ਨਾਲ ਦਿਆਂ ਦੀ ਜਿਹੜੇ ਕਦੇ ਮਹੀਨੇ ਬਾਅਦ ਇੱਕ ਦਿਨ ਡਾਊਨ ਟਾਊਨ ਜਾਂਦੇ ਆ, ਉਹਨਾਂ ਦੀਆਂ ਸਟੋਰੀਆਂ ਦੇਖ ਲੈਂਦੇ ਆ, ਗੱਡੀਆਂ ਦੇਖ ਲੈਂਦੇ ਆ, ਤਾਂ ਉਹ ਮਾਇੰਡ ਦੇ ਵਿੱਚ ਇੱਕ ਪਿਕਚਰ ਬਣਾ ਕੇ ਜਾਂਦੇ। ਮੈਂ ਹਮੇਸ਼ਾ ਸਟੂਡੈਂਟ ਜਦੋਂ ਸਟੂਡੈਂਟ ਜਾਂਦੇ ਅਸੀਂ ਪ੍ਰੀ ਡਿਪਾਰਚਰ ਸੈਸ਼ਨ ਕਰਦੇ ਹਾਂ, ਮੈਂ ਹਰ ਇੱਕ ਬੱਚੇ ਨੂੰ ਕਹਿਣਾ ਤੁਸੀਂ ਸੋਚ ਕੇ ਚੱਲੋ ਵੀ ਤੁਸੀਂ 3 ਮਹੀਨੇ ਜਾ ਕੇ ਉੱਥੇ ਪੂਰਾ ਔਖਾ ਹੋਣਾ, 2 ਤੋਂ 3 ਮਹੀਨੇ ਪਹਿਲੇ 90-100 ਦਿਨ ਤੁਸੀਂ ਸਟਰਗਲ ਕਰਨੀ ਆ, ਹੋ ਸਕਦਾ ਇੱਕ ਟਾਈਮ ਤੁਹਾਨੂੰ ਭੁੱਖੇ ਵੀ ਸੌਣਾ ਪੈ ਜੇ। ਤੁਸੀਂ ਇਹ ਚੀਜ਼ ਦੇ ਲਈ ਆਪਦੇ ਆਪ ਨੂੰ ਤਿਆਰ ਕਰਕੇ ਚੱਲੋ, ਹੋ ਸਕਦਾ ਤੁਹਾਡੇ ਨਾਲ 10% ਹੀ ਹੋਵੇ, ਬਟ 10% ਵੀ ਹੋਊ ਤਾਂ ਤੁਸੀਂ ਤਿਆਰ ਹੋਵੋਗੇ, ਤੁਹਾਨੂੰ ਕੋਈ ਤਕਲੀਫ ਨਹੀਂ ਹੋਣੀ।